ਰਾਜਸਥਾਨ ਵਿੱਚ ਚੋਣ ਪ੍ਰਚਾਰ ਤੇ ਪਹੁੰਚੇ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜੰਮ ਕੇ ਨਿਸ਼ਾਨੇ ਸਾਧੇ। ਉਹਨਾਂ ਕਿਹਾ ਕਿ ਕਾਂਗਰਸ ਨੇ 4 ਗਾਂਧੀ ਦਿੱਤੇ ਨੇ। ਕਾਂਗਰਸ ਨੇ 4 ਗਾਂਧੀ ਦਿੱਤੇ। ਰਾਜੀਵ ਗਾਂਧੀ, ਇੰਦਰਾ ਗਾਂਧੀ, ਸੋਨੀਆ ਗਾਂਧੀ ਔਰ ਰਾਹੁਲ ਗਾਂਧੀ ਤੇ ਬੀਜੇਪੀ ਨੇ ਭਾਰਤ ਨੂੰ 3 ਮੋਦੀ ਦਿੱਤੇ ਨੇ। ਲਲਿਤ ਮੋਦੀ, ਨਿਰ ਮੋਦੀ ਤੇ ਅੰਬਾਨੀ ਦੀ ਗੋਦ ਵਿੱਚ ਬੈਠੇ ਨਰਿੰਦਰ ਮੋਦੀ। ਔਰ ਬੀਜੇਪੀ ਨੇ 3 ਮੋਦੀ ਦਿੱਤੇ। ਨੀਰਵ ਮੋਦੀ, ਲਲਿਤ ਮੋਦੀ ਔਰ ਅੰਬਾਨੀ ਜੀ ਕੀ ਗੋਦੀ ਮੇ ਬੈਠਾ ਹੁਆ ਨਰਿੰਦਰ ਮੋਦੀ। ਠੋਕੋ ਤਾਲੀ ਠੋਕੋ, ਕੋਈ ਝੂਠ ਬੋਲ ਰਹਾ ਹੂੰ, ਕੋਈ ਗਲਤ ਬਾਤ ਨਹੀਂ ਕਰ, ਗਲਤ ਬਾਤ ਕਰ ਰਹਾ ਹੂੰ ਕਿਆ? ਅੱਲਾ ਵਾ ਲੱਲਾ, ਸੱਚ ਬੋਲਤਾ ਹੂੰ, ਸੱਚ ਬੋਲਤਾ ਹੂੰ ਭਾਈ ਹੈ। ਤੇ ਸਿੱਧੂ ਨੇ ਕਿਹਾ ਕਿ ਅੱਜ ਭਾਰਤ ਵਿੱਚ ਸਭ ਕੁਝ ਬਾਹਰ ਤੋਂ ਬਣ ਕੇ ਆ ਰਿਹਾ ਤੇ ਨਰਿੰਦਰ ਮੋਦੀ ਨੌਜਵਾਨਾਂ ਤੋਂ ਪਕੌੜੇ ਬਣਵਾ ਰਹੇ ਨੇ। ਹਮ ਲੋਕ ਇੰਡੀਅਨ ਮੇਕ ਬਣਾਏਂਗੇ, ਜੋ ਕੁਝ ਵੀ ਹੋਗਾ ਬਹਿਨੋ ਭਾਈਓ, ਹਮ ਹਿੰਦੁਸਤਾਨ ਮੇ ਬਣਾਏਂਗੇ, ਬਾਹਰ ਕੁਝ ਬਣੇਗਾ ਹੀ ਨਹੀਂ। ਬੁਲਟ ਟ੍ਰੇਨ ਜਾਪਾਨ ਸੇ ਆ ਰਹੀ ਹੈ, ਰਾਫਾਇਲ ਕਾ ਪਲੇਨ ਫਰਾਂਸ ਸੇ ਆ ਰਹਾ ਹੈ, ਬੁੱਤ ਬਣ ਕੇ ਸਰਦਾਰ ਪਟੇਲ ਕਾ ਚੀਨ ਸੇ ਆ ਰਹਾ ਹੈ, ਤੋ ਹਿੰਦੁਸਤਾਨੀਓ ਸੇ ਕਿਆ ਬਣਵਾਓਗੇ? ਪਕੌੜੇ ਬਣਵਾਓਗੇ ਮੋਦੀ ਜੀ, ਪਕੌੜੇ ਬਣਵਾਓਗੇ ਮੋਦੀ ਜੀ। ਠੋਕੋ ਤਾਲੀ, ਟਿਕਾ ਕੇ ਠੋਕੋ। ਜਿੱਥੇ ਸਿੱਧੂ ਨੇ ਮੋਦੀ ਤੇ ਜੰਮ ਕੇ ਨਿਸ਼ਾਨੇ ਸਾਧੇ, ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਬਖਸ਼ਿਆ ਤੇ ਉਹਨਾਂ ਕੈਪਟਨ ਅਮਰਿੰਦਰ ਨੂੰ ਆਪਣਾ ਕੈਪਟਨ ਮੰਨਣ ਤੋਂ ਇਨਕਾਰ ਕਰਦੇ ਹੋਏ ਰਾਹੁਲ ਗਾਂਧੀ ਨੂੰ ਆਪਣਾ ਕੈਪਟਨ ਦੱਸਿਆ। ਅਰੇ ਮੇਰੇ ਕੈਪਟਨ ਰਾਹੁਲ ਗਾਂਧੀ ਹੈ, ਉਹਨੂੰ ਨਹੀਂ ਤਾਂ ਭੇਜਿਆ ਹਰ ਜਗ੍ਹਾ। ਕਿਆ ਬਾਤ ਕਰ ਰਹੇ ਹੋ ਯਾਰ, ਕੌਣ ਸੇ ਕੈਪਟਨ ਕੀ ਬਾਤ ਕਰ ਰਹੇ ਹੋ ਯਾਰ? ਹੈ ਉਹ ਕੈਪਟਨ ਅਮਰਿੰਦਰ ਸਿੰਘ ਜੀ ਕੀ, ਉਹ ਤਾਂ ਆਰਮੀ ਕੇ ਕੈਪਟਨ ਹੈ ਭਾਈ, ਮੇਰਾ ਕੈਪਟਨ ਰਾਹੁਲ ਗਾਂਧੀ ਸਾਹਿਬ ਹੈ, ਸਮਝੇ? ਔਰ ਉਨਕੇ ਵੀ ਕੈਪਟਨ ਰਾਹੁਲ ਗਾਂਧੀ ਸਾਹਿਬ ਹੈ, ਹਮਾਰੇ ਕੈਪਟਨ ਵੋ ਹੈ, ਕੈਪਟਨ ਸਾਹਿਬ ਕੇ ਕੈਪਟਨ ਰਾਹੁਲ ਗਾਂਧੀ, ਮੇਰੇ ਕੈਪਟਨ ਰਾਹੁਲ ਗਾਂਧੀ। ਔਰ ਇਸ ਪਾਰਟੀ ਮੇ 50-100 ਸੀਨੀਅਰ ਲੀਡਰ ਹੈ, ਉਹਨੇ ਮੇਰੀ ਪੀਠ ਥਪਥਪਾਈ, ਹਰੀਸ਼ ਰਾਵਤ ਜੀ, ਸੁਰਜੇਵਾਲਾ ਸਾਹਿਬ, ਸ਼ਸ਼ੀ ਥਰੂਰ ਸਾਹਿਬ, ਰਾਹੁਲ ਜੀ, ਸਭ ਅਬ ਕੈਪਟਨ ਸਾਹਿਬ ਕੀ, ਉਹ ਮੇਰੇ ਪਿਤਾ ਸਮਾਨ ਹੈ, ਹਮਾਰੇ ਚੀਫ ਮਿਨਿਸਟਰ, ਹਮਾਰੇ ਬੌਸ ਹੈ ਭਾਈ। ਲੇਕਿਨ ਮੈਂ ਕਿਸੀ ਕੋ ਕਹਿ ਕੇ, ਪਹਿਲੀ ਵਾਰ ਵੀ ਮੈਂ ਗਿਆ ਥਾ, ਤਬ ਵੀ ਮੈਨੇ ਬੋਲਾ ਥਾ ਮੈਂ ਆਊਂਗਾ ਔਰ ਆਵਾਮ ਕੇ ਲੀਏ ਜਾਊਂਗਾ। ਔਰ ਜੋ ਯੇ ਹਰਸਿਮਰਤ ਜੀ ਕੇ ਬਾਬਾ ਜੀ ਗਏ ਥੇ ਵਹਾਂ, ਬਾਦਲ ਸਾਹਿਬ, ਯੇ ਭੇਡੂ ਲੈ ਕੇ ਆਏ ਥੇ ਵਹਾਂ ਸੇ, ਭੇਡੂ ਸਮਝਦੇ ਹੋ, ਸ਼ੀਪ ਸ਼ੀਪ ਸ਼ੀਪ, ਔਰ ਵੋ ਗਾਣਾ ਗਾ ਰਹੇ ਹੈ ਬਾ ਬਾ ਬਲੈਕ ਸ਼ੀਪ, ਕਿਉਂਕਿ ਬਾਬਾ ਜੀ ਲੈ ਕੇ ਆਏ ਥੇ ਨਾ, ਇਸ ਲਈ ਹੋਗਾ। ਬਿਊਰੋ ਰਿਪੋਰਟ, ਚੈਨਲ ਪੰਜਾਬ।